ਸਤਿ ਸ਼੍ਰੀ ਅਕਾਲ ਦੋਸਤੋ, ਇਸ ਲੜਕੇ ਨੂੰ ਤੁਸੀਂ ਦੇਖ ਰਹੇ ਹੋ, ਇਹਦਾ ਨਾਂ ਹੈ ਸਾਗਰਪ੍ਰੀਤ ਸਿੰਘ ਅਤੇ ਮਜੀਠੀ ਦਾ ਰਹਿਣ ਵਾਲਾ ਹੈ। ਪਿਤਾ ਮਿਹਨਤ ਮਜ਼ਦੂਰੀ ਕਰਦਾ, ਇੰਨਾ ਸਟਰੋਂਗ ਨਹੀਂ ਆ ਕਿ ਇਸ ਬੱਚੇ ਦਾ ਇਲਾਜ ਕਰਾ ਸਕੇ। ਇਸ ਬੱਚੇ ਦੇ ਇਲਾਜ ਵਾਸਤੇ ਹਰ ਮਹੀਨੇ ਇੱਕ ਟੀਕਾ ਲੱਗਦਾ, ਜਿਸ ਦੀ ਕੀਮਤ ਆ 16,000 ਰੁਪਈਆ। ਪਹਿਲਾਂ ਕਿਸੇ ਸੰਸਥਾ ਤੋਂ ਇਹਨਾਂ ਨੂੰ ਹਰ ਮਹੀਨੇ 16,000 ਰੁਪਈਆ ਮਿਲਦਾ ਸੀ, ਫਿਰ 1-2 ਕਿਸ਼ਤਾਂ ਆਉਣ ਤੋਂ ਬਾਅਦ ਉਹ ਵੀ ਬੰਦ ਹੋ ਗਿਆ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 16,000 ਰੁਪਈਆ ਹਰ ਮਹੀਨੇ ਇਹਨਾਂ ਦੇ ਅਕਾਊਂਟ ਵਿੱਚ ਆਉਂਦਾ ਸੀ, ਅਤੇ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਆ, ਕਿਸੇ ਕਾਰਨ ਕਰਕੇ ਉਹ 16,000 ਰੁਪਈਆ ਇਹਨਾਂ ਦੇ ਅਕਾਊਂਟ ਵਿੱਚ ਨਹੀਂ ਆਇਆ। ਅਤੇ ਬੱਚੇ ਨੂੰ ਟੀਕਾ ਲੱਗਣਾ ਬਹੁਤ ਜ਼ਰੂਰੀ ਹੈ। ਜੇ ਕਿਸੇ ਸੰਸਥਾ ਨੇ ਸੇਵਾ ਕਰਨੀ ਹੋਵੇ ਤਾਂ ਇਹਦੇ ਵਿੱਚ ਇਹਨਾਂ ਦਾ ਫੋਨ ਨੰਬਰ ਅਤੇ ਅਕਾਊਂਟ ਨੰਬਰ, ਮਾਈਕਰ ਕੋਡ, IFC ਕੋਡ ਸਾਰਾ ਕੁਝ ਦਿੱਤਾ, ਇਹਨਾਂ ਦੇ ਅਕਾਊਂਟ 'ਚ ਵੀ ਪੈਸੇ ਪਾ ਸਕਦਾ। ਅਤੇ ਨਾਲ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਬਿਨਾਂ ਕਿਸੇ ਦੇਰੀ ਦੇ ਇੱਕ ਸਾਡੀ ਅਪੀਲ ਨੂੰ, ਇੱਕ ਸਾਡੀ ਮਿਹਨਤ ਨੂੰ ਮੰਨ ਕੇ ਇਹਨਾਂ ਦਾ 16,000 ਰੁਪਈਆ ਜਿਹੜਾ ਦੁਬਾਰਾ ਸ਼ੁਰੂ ਕੀਤਾ ਜਾਵੇ, ਕਿਉਂਕਿ ਇਹ ਬੱਚਾ ਇਕੱਲਾ ਹੀ ਨਹੀਂ, ਇਹਦੇ ਨਾਲ 40 ਬੱਚੇ ਹੋਰ ਆ ਜਿਹੜੇ ਇਸੇ ਹੀ ਬਿਮਾਰੀ ਤੋਂ ਪੀੜਿਤ ਹਨ। ਅਤੇ ਬਿਮਾਰੀ ਹੈ, ਇਹਨਾਂ ਦੇ ਸੈੱਲ ਨਹੀਂ ਬਣਦੇ, ਇਸ ਕਰਕੇ ਇਹਨਾਂ ਨੂੰ ਹਰ ਮਹੀਨੇ 16,000 ਰੁਪਏ ਦਾ ਟੀਕਾ ਲਾਉਣਾ ਪੈਂਦਾ, ਅਤੇ ਉਸ ਕਰਕੇ ਇਹਨਾਂ ਦੀ ਜ਼ਿੰਦਗੀ ਦੀ ਜਿਹੜੀ ਹੈ ਵਾਗਡੋਰ ਚੱਲਦੀ ਹੈ। ਅਤੇ ਲੰਬਾ ਸਮਾਂ ਲੱਗਣਾ, ਉਸ ਤੋਂ ਬਾਅਦ ਆਟੋਮੈਟਿਕਲੀ ਕੰਟਰੋਲ ਹੋ ਜਾਣਾ। ਇਸ ਕਰਕੇ ਬੇਨਤੀ ਹੈ ਪੰਜਾਬ ਸਰਕਾਰ, ਕਰਦੇ ਸ਼ੁਰੂ, ਜੇ ਕਿਸੇ ਸੰਸਥਾ ਨੇ ਸੇਵਾ ਕਰਨੀ ਹੋਏ ਤਾਂ ਇਹਨਾਂ ਦਾ ਅਕਾਊਂਟ ਨੰਬਰ ਦਿੱਤਾ ਹੋਇਆ। ਕੁਲਵਿੰਦਰ ਸਿੰਘ, ਇਹ ਬੱਚੇ ਨੂੰ ਕਦੋਂ ਤੋਂ ਇਹ ਬਿਮਾਰੀ ਹੈ ਜੀ? ਇਹ 2013 ਦਾ ਚਾਲੂ ਹੋਇਆ ਇੰਜੈਕਸ਼ਨ। ਅੱਛਾ, 2013 ਦਾ ਇੰਜੈਕਸ਼ਨ ਚਾਲੂ ਹੋਇਆ, ਅਤੇ ਹੁਣ ਕੀ ਪ੍ਰੋਬਲਮ ਆਈ ਆ? ਹੁਣ ਇਹ ਨਾ ਆਪਣੇ ਕਿ ਅਕਾਲੀ ਸਰਕਾਰ ਸੀ, ਕਾਂਗਰਸ ਸਰਕਾਰ ਵੀ ਆਉਂਦੀ ਰਹੀ ਹੈ, ਅਤੇ ਇੰਜੈਕਸ਼ਨ ਦੇ ਪੈਸੇ ਅਕਾਊਂਟ 'ਚ ਆ ਜਾਂਦੇ ਰਹੇ ਜੋ, ਅਤੇ ਉਹ ਫਿਰ ਅਸੀਂ ਪੈਸੇ ਕਢਾ ਕੇ ਇੰਜੈਕਸ਼ਨ ਲਵਾ ਲਈਦਾ। ਇਹ ਜਦੋਂ ਦੀ ਆ ਆਮ ਪਾਰਟੀ ਸਰਕਾਰ ਬਣੀ ਜੋ, ਇਹ 5 ਮਹੀਨੇ ਹੋ ਗਏ ਪੈਸੇ ਨਹੀਂ ਪਏ, ਅਤੇ ਅਸੀਂ 5 ਮਹੀਨੇ ਬਹੁਤ ਮੁਸ਼ਕਲ ਕੱਢ ਕੇ ਟੀਕਾ ਲਵਾਇਆ। ਅਤੇ ਕਿੰਨੇ ਚਿਰ ਬਾਅਦ ਟੀਕਾ ਲੱਗਦਾ ਜੀ? ਇਹ 1 ਮਹੀਨੇ ਬਾਅਦ ਲੱਗਦਾ ਜੀ। 1 ਮਹੀਨੇ ਬਾਅਦ? ਅਤੇ ਤੂੰ ਕੋਈ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹੋ? ਹਾਂਜੀ ਹਾਂਜੀ, ਸਰਕਾਰ ਨੂੰ, ਸਿਹਤ ਮੰਤਰੀ ਸਾਹਿਬ ਨੂੰ ਫਿਰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਦਾ ਇਲਾਜ ਚਾਲੂ ਕਰੋ ਜੀ। ਸੈਂਟਰ ਗੌਰਮੈਂਟ ਵੱਲੋਂ ਪੰਜਾਬ ਸਰਕਾਰ ਨੂੰ ਹੁੰਦੀ ਹੈ, ਅੱਗੋਂ ਪੰਜਾਬ ਸਰਕਾਰ ਹੈ ਜਿਹੜੀ ਸਹਾਇਤਾ ਵਾ ਇਹਨਾਂ ਬੱਚਿਆਂ ਤੱਕ ਪੁੱਜਦੀ ਕਰਦੇ ਸੀ, ਪਰ ਹੁਣ ਜਿਹੜਾ ਇਸ ਸਰਕਾਰ ਵੇਲੇ ਸਹਾਇਤਾ ਬੰਦ ਹੋ ਗਈ ਆ। ਅਤੇ ਮੇਰੇ ਖਿਆਲ ਵਿੱਚ ਇਹ ਸਹਾਇਤਾ ਜਿਹੜੀ ਆ ਸ਼ੁਰੂ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਸਹਾਇਤਾ ਸ਼ੁਰੂ ਨਹੀਂ ਹੁੰਦੀ ਤਾਂ ਲਗਭਗ 40 ਬੱਚਿਆਂ ਛੋਟੇ